اعوذ باللہ من الشیطان الرجیم بسم اللہ الرحمن الرحیم کاف ها یا عین صاد اے بیان ہے تیرے رب دے میر کرنے دا اپنے بندے زکریا اُتے جد آواز کیتی او سوں اپنے رب نو ہولی ہولی آکھیو سو میرے ربا میں جو جواں سست ہو گئیاں نے ہڈیاں میریاں تے لاٹ ماری اے سر نے پے پیری ਯਾਨੀ ਸਿਰ ਦੀਵਾਲ ਚਿੱਟੇ ਹੋ ਗਏ ਤੇ ਨਹੀਂ ਰਿਹਾ ਮੈਂ ਤੇ ਥੋਂ ਮੰਗ ਕੇ ਮੇਰੇ ਰੱਬਾ ਬੇਨਸੀਬ ਤੇ ਮੈਂ ਡਰਨਾ ਭਾਈ ਪੰਧਾ ਤੋਂ ਆਪਣੇ ਪਿੱਛੋਂ ਤੇ ਔਰਤ ਮੇਰੀ ਸੰਢੇ ਸੋ ਬਖਸ਼ ਮੈਨੂੰ ਆਪਣੇ ਕੋਲੋਂ ਇੱਕ ਕੰਮ ਸੰਭਾਲੂ ਜੋ ਵਿਰਸਾ ਲੈ ਮੇਰੀ ਤੇ ਵਿਰਸਾ ਲੈ ਯਾਕੂਬ ਦੀ اولاد ਦੀ ਤੇ ਕਰ ਉਹਨੂੰ ਮੇਰੇ ਰੱਬਾ ਮਨ ਭਾਉਂਦਾ ਇਨਸਾਨ ਜਵਾਬ ਦਿੱਤਾ ਗਿਆ ਇਹ ਜ਼ਕਰੀਆ ਅਸੀਂ ਖੁਸ਼ਖਬਰੀ ਦਿੰਨੇ ਆ ਤੈਨੂੰ ਇੱਕ ਲੜਕੇ ਦੀ ਜਿਸ ਦਾ ਨਾਮ ਯਾਈ ਆਏ ਨਹੀਂ ਪੈਦਾ ਕੀਤਾ ਅਸਾਂ ਇਹਦੋਂ ਪਹਿਲੇ ਕੋਈ ਉਹਦੇ ਨਾਮ ਦਾ ਆਖਿਓ ਸੂ ਮੇਰੇ ਰੱਬਾ ਕਿੱਥੋਂ ਹੋਵੇਗਾ ਮੇਰੇ ਲੜਕਾ ਤੇ ਔਰਤ ਮੇਰੀ ਸੰਡੇ ਤੇ ਮੈਂ ਸੁੱਕ ਚੁਕਾਂ ਬੁਢੇ ਪੈਦੇ ਸਬਬੋਂ ਉਹਨਾਂ ਆਖਿਓ ਸੂ ਇਸੇ ਤਰ੍ਹਾਂ ਹੀ ਹੋਵੇਗਾ ਆਖਿਆ ਤੇਰੇ ਰੱਬ ਨੇ ਇਹ ਕੰਮ ਮੇਰੇ ਅਗੇ ਆਸਾਨ ਹੈ تے پیدا کیتا میں تینو اے پہلے جدوں تے نہیں سین کچھ چیز آکھو سو میرے ربہ ٹھہرا دے منو کچھ نشانی فرمایا تیری نشانی اے ہے جنا گلہ کریں گا توں لوکا نال تین دن راتاں چنگا پتا پھر نکلے اپنے لوکاں کول حجریوں تے پھر سینت کیتیو سو انا والے پائی سبان اللہ کھو سویرے تے تیسرے پیر اے یا یا پکڑ کتاب مضبوط کر کے ਤੇ ਦਿੱਤੀ ਸਾਨੂੰ ਨੂੰ ਸਮਝ ਨਿੱਕੇ ਹੁੰਦੇ ਨੂੰ ਤੇ ਨਰਮ ਦਿਲ ਹੀ ਆਪਣੇ ਕੋਲੋਂ ਦਿੱਤੀ ਤੇ ਸੁਥਰੀ ਆਈ ਤੇ ਹੈ ਸੀ ਪ੍ਰੇਜ਼ਗਾਰ ਤੇ ਨੇਕੀ ਕਰਨ ਵਾਲਾ ਆਪਣੇ ਜਨਦਿਆਂ ਨਾਲ ਤੇ ਨਹੀਂ ਸੀ ੱੱਕੇਬਾਜ਼ ਬੇਫਰਮਾਨ ਸਲਾਮਤੀ ਹੋ ਉਸ ਉਤੇ ਜਿਸ ਦਿਨ ਜਮਿਆ ਤੇ ਜਿਸ ਦਿਨ ਮਰੇਗਾ ਤੇ ਜਿਸ ਦਿਨ ਉਹ ਉੱਠੇਗਾ ਜ਼ਿੰਦਾ ਹੋ ਕੇ ਤੇ ਬਿਆਨ ਕਰੋ اے ਹਬੀਬ ਇਸ ਕਿਤਾਬ ਵਿੱਚ ਮਰੀਮ ਦਾ ਹਾਲ ਜਦ ਕਿਨਾਰੇ ਹੋਈ ਸੀ ਆਪਣੇ ਘਰਦਿਆਂ ਤੋਂ ਚੜਦੇ ਮਕਾਨ ਵਿੱਚ ਫਿਰ ਤਾਣੀਉ ਸੁ ਉਰੇ ਉਹਨਾਂ ਦੇ ਇੱਕ ਪਰਦਾ ਫਿਰ ਭੇਜਿਆ ਸੌ ਦੇ ਬਲ ਫਰਿਸ਼ਤਾ ਆਪਣਾ ਫਿਰ ਬਣ ਕੇ ਆਇਆ ਉਹਦੇ ਅੱਗੇ ਪੂਰੀ ਸ਼ਕਲ ਦਾ ਆਦਮੀ ਆਖਣ ਲੱਗੀ ਮੈਂ ਪਨਾ ਮੰਗਨੀ ਆਂ ਖੁਦਾ ਦੀ ਤੈਥੋਂ ਜੇ ਤੂੰ ਹੈ ਕੋਈ ਪ੍ਰੇਤਗਾਰ ਆਦਮੀ ਆਖਿਓ ਸੁ ਮੈਂ 네ਰਾ ਭੇਜਿਆ ਹੋਇਆ ਆ ਤੇਰੇ ਰੱਬ ਦਾ ਤਾਂ ਬਖਸ਼ਾਂ ਤੈਨੂੰ ਲੜਕਾ ਸੁਥਰਾ ਆਖੜ ਲਗੀ ਕਿੱਥੋਂ ਹੋਵੇਗਾ ਮੇਰੇ ਲੜਕਾ ਤੇ ਨਹੀਂ ਹੱਥ ਲਾਇਆ ਮੈਨੂੰ ਕਿਸੇ ਆਦਮੀ ਨੇ ਤੇ ਨਹੀਂ ਸਮੈ ਬਦਕਾਰ ਆਖਿਓ ਸੂ ਐਸੇ ਹੀ ਤਰ੍ਹਾਂ ਫਰਮਾਇਆ ਤੇਰੇ ਰੱਬ ਨੇ ਇਹ ਕੰਮ ਮੇਰੇ ਅੱਗੇ ਆਸਾਨ ਹੈ ਨਾਲੇ ਤਾਂ ਜੋ ਬਣਾਈ ਐ ਸੀ ਉਹਨੂੰ ਨਿਸ਼ਾਨੀ ਲੋਕਾਂ ਵਾਸਤੇ ਤੇ ਮੇਰ ਆਪਣੇ ਵੱਲੋਂ ਤੇ ਹੈ ਇਹ ਕੰਮ ਠਹਿਰ ਚੁਕਿਆ ਹੋਇਆ ਫਿਰ ਪੇਟ ਵਿੱਚ ਲਿਆ ਉਸ ਨੂੰ ਫਿਰ ਕਿਨਾਰੇ ਹੋਈ ਉਹਨੂੰ ਲੈ ਕੇ ਪਰਲੀ ਜਗ੍ਹਾ ਫੇਲੇ ਹੀ ਉਸ ਨੂੰ ਜਨਨ ਨੇ ਦੀ ਪੀੜ ਖਜੂਰ ਦੇ ਪੌੜੀ ਵੱਲ ਆਖੜ ਲਗੀ ਹੈ ਮੈਨੂੰ ਮੈਂ ਮਰ ਜਾਂਦੀ ਇਦੋਂ ਪਹਿਲੇ ਤੇ ਹੋ ਜਾਂਦੀ ਭੁੱਲੀ ਵਿਸੜੀ ਫੇਰ ਆਵਾਜ਼ ਮਾਰਿਓ ਸੂਰ ਨੂੰ ਫਰਿਸ਼ਤੇ ਨੇ ਉਹਦੇ ਪਵੰਦੀਓ ਪੈਗਾਮ ਨਾ ਕਰ ਜ਼ਰੂਰ ਕਰ ਦਿੱਤਾ ਤੇਰੇ ਰੱਬ ਨੇ ਹੀਟ ਤੇਰੇ ਚਸ਼ਮਾ ਤੇ ਹਲਾ ਆਪਣੇ ਵੱਲ ਪੌੜੀ ਖਜੂਰ ਦੀ ਡੇਗੇਗੀ ਤੇਰੇ ਉੱਤੇ ਪੱਕੀਆਂ ਖਜੂਰਾ ਤਾਜ਼ੀਆਂ ਝੜੀਆਂ ਹੋਈਆਂ ਫਿਰ ਕਾਦੇ ਬੀਤੇ ਠੰਡ ਪਾ ਆਖੀ ਫਿਰ ਜੇ ਵੇਖਿਆ ਆਦਮੀਆਂ ਵਿੱਚੋਂ ਕਿਸੇ ਨੂੰ ਤਾਂ ਆਖ ਮੈਂ ਸੁਖਿਆ ਖੁਦਾ ਦਾ ਰੋਜ਼ਾ ਹਰ ਗਿਜ਼ ਗੱਲ ਨਾ ਕਰਾਂਗੀ ਅੱਜ ਕਿਸੇ ਆਦਮੀ ਨਾਲ ਫਿਰ ਲੈ ਆਈ ਉਹਨੂੰ ਆਪਣੇ ਲੋਕਾਂ ਕੋਲ ਕੁਛੜ ਚੁਕਦੀ ਆਖਿਓ ਨੇ ਇਹ ਮਰੀਮ ਜ਼ਰੂਰ ਲੈ ਆਂਦੀ ਐ ਚੀਜ਼ ਬੁਰੀ ਐ ਭੈਣ ਹਾਰੂਨ ਦੀ ਨਹੀਂ ਸੀ ਪਿਓ ਤੇਰਾ ਮਰਦ ਬੁਰਾ ਤੇ ਨਾ ਸੀ ਮਾਂ ਤੇਰੀ ਬਦਕਾਰ ਫਿਰ ਸਹਨਦ ਕੀਤੀ ਉਸ ਉਹਦੇ ਵੱਲ ਆਖਿਓ ਨੇ ਕੀ ਕਰ ਗੱਲ ਕਰੀਏ ਇਹ ਅਸੀਂ ਉਸ ਨਾਲ ਜੋ ਹੈ ਕੁਛੜ ਵਿੱਚ ਪਿਆ ਬੱਚਾ ਅੱਖਰ ਲਗਾ ਮੈਂ ਬੰਦਾ ਅਲਾਦਾ ਜਿੱਤੀ ਸੁ ਮੈਨੂੰ ਕਿਤਾਬ ਤੇ ਬਣਾਇਆ ਸੁ ਮੈਨੂੰ ਪੈਗੰਬਰ ਤੇ ਬਣਾਇਆ ਸੁ ਮੈਨੂੰ ਬਰਕਤ ਵਾਲਾ ਜਿੱਥੇ ਹੋਵਾ ਮੈਂ ਤਾਂ ਤਾਕੀਦ ਕੀਤੀ ਸੁ ਮੈਨੂੰ ਨਮਾਜ਼ ਤੇ ਜ਼ਕਾਤ ਦੇ ਜਦ ਤੀਕ ਰਹਾ ਮੈਂ ਜਿਉਂਦਾ ਤੇ ਨੇਕੀ ਕਰਨ ਵਾਲਾ ਆਪਣੀ ਜੰਦੀ ਨਾਲ ਤੇ ਨਹੀਂ ਬਣਾਇਆ ਸੁ ਮੈਨੂੰ ਤੱਕੇ ਬਾਜ਼ ਬਦਬਖਤ ਇਸਲਾਮ ਤੇ ਮੇਰੇ ਉਤੇ ਜਿਸ ਦਿਨ ਜਮਿਆ ਮੈਂ ਤੇ ਜਿਸ ਦਿਨ ਮਰਾਂਗਾ ਤੇ ਜਿਸ ਦਿਨ ਉਠਾਂਗਾ ਮੈਂ ਜ਼ਿੰਦਾ ਹੋ ਕੇ ਇਹ ਹੀ ਸਪੁੱਤਰ ਮਰੀਮ ਦਾ ਤੇ ਇਹ ਹੀ ਗੱਲ ਸੱਚੀ ਜਿਸ ਵੀ ਸ਼ੱਕ ਕਰਦੇ ਨੇ ਉਹਦੇ ਬਾਰੇ ਨਹੀਂ ਸੱਚਦਾ ਅੱਲਾ ਨੂੰ ਜੋ ਪਕੜੇ ਕੋਈ ਔਲਾਦ ਉਹ ਬੇਅਬੇ ਜਦ ਚਾਹਦਾ ਹੈ ਕੋਈ ਕੰਮ ਨਿਹਰਾ ਇਹੋ ਆਖਦਾ ਉਸ ਨੂੰ ਹੋ ਜਾ ਤਾਂ ਹੋ ਜਾਂਦਾ ਹੈ ਆਖਿਆ ਈਸਾ ਨੇ ਜ਼ਰੂਰ ਅੱਲਾ ਰੱਬ ਮੇਰਾ ਤੇ ਰੱਬ ਤੁਹਾਡਾ ਸੋ ਪੂਜੋ ਉਸ ਨੂੰ ਇਹ ਰਾਹ ਹੈ ਸਿੱਧਾ ਫਿਰ ਕਈ ਰਾਹ ਤੁਰੇ ਟੋਲੇ ਉਹਨਾਂ ਵਿੱਚੋਂ ਸਭ ਬੁਰਾ ਹਾਲ ਹੋਏਗਾ ਬੇਈਮਾਨਾਂ ਦਾ ਸਾਹਮਣੇ ਹੋਣ ਤੋਂ ਬੜੇ ਦਿਨ ਵਿੱਚ ਅਚਜ ਸੁਣਦੇ ਹੋਣਗੇ ਉਹ ਤੇ ਉਚਰਜ ਸੁ ਜਾਖੇ ਜਿਸ ਦਿਨ ਆਵਣਗੇ ਸਾਡੇ ਕੋਲ ਪਰ ਜ਼ਾਲਮ ਅਜ ਸਾਫ ਕੋਰੇ ਪਏ ਹੋਏ ਨੇ ਐ ਹਬੀਬ ਡਰਾ ਉਹਨਾਂ ਨੂੰ ਪਛੋਤਾਣੇ ਦੇ ਦਿਨੋ ਜਦ ਨਿਭੜ ਚੁਕੇਗਾ ਕੰਮ ਤੇ ਉਹ ਬੇਸੁਰਤੀ ਵਿੱਚ ਨੇ ਤੇ ਉਹ ਨਹੀਂ ਮੰਨਦੇ ਅਸਾ ਆਪ ਵਾਰਿਸ ਬਣ ਜਾਣਾ ਹੈ ਜ਼ਮੀਨ ਦਾ ਤੇ ਉਸ ਦਾ ਜਿਹੜਾ ਉਸ ਦੇ ਉੱਤੇ ਹੈ ਤੇ ਸਾਡੇ ਹੀ ਵੱਲ ਮੋੜੇ ਜਾਣਗੇ ਤੇ ਯਾਦ ਕਰੋ ਕਿਤਾਬ ਵਿੱਚ ਇਬਰਾਹੀਮ ਨੂੰ ਉਹ ਜ਼ਰੂਰ ਬੜਾ ਸੱਚਾ ਪੈਗੰਬਰ ਸੀ ਜਦ ਆਖਿਓ ਸੁ ਪਿਓ ਆਪਣੇ ਨੂੰ ਇਹ ਮੇਰੇ ਪਿਓ ਕਿਉਂ ਪੂਜਣਾ ਹੈ ਉਸ ਨੂੰ ਜੋ ਨਾ ਸੁਣੇ ਤੇ ਨਾ ਦੇਖੇ ਤੇ ਨਾ ਕੰਮ ਆਵੇ ਤੇਰੇ ਕੋਈ اے پیو میں جو ہاں ضرور آیا میرے کول علم جو نہیں آیا تیرے کول سو تابے کر میری دساں گا تینو راہ سدھا اے میرے پیو نہ پوچھ شیطان نو شیطان ضروری خدا دا بے فرمان ہے اے میرے پیو میں ڈرنا جو پہنچے تینو عذاب خدا واللو پھر ہو جائیں تو شیطان دا ساتھی آکھر لگا کیوں تو پھریا ہوئے اے میرے ٹھاکران تو اے ابراہیم جے تو ਮੁੜਿਆ ਨਾ ਰਹੇਂਗਾ ਤਾਂ ਪੱਥਰ ਮਾਰ ਕੇ ਮਾਰ ਦਿਆਂਗਾ ਤੈਨੂੰ ਤੇ ਦੂਰ ਹੋ ਜਾ ਮੈਂ ਥੋਂ ਹਮੇਸ਼ਾ ਲਈ ਇਬਰਾਹਿਮ ਆਖਿਆ ਸਲਾਮ ਹੈ ਤੈਨੂੰ ਮੈਂ ਬਖਸ਼ਿਸ਼ ਮੰਗਾਂਗਾ ਤੇਰੇ ਲਈ ਆਪਣੇ ਰੱਬ ਤੋਂ ਉਹ ਜ਼ਰੂਰ ਹੈ ਮੇਰੇ ਉੱਤੇ ਮਿਹਰਬਾਨ ਤੇ ਮੈਂ ਕਿਨਾਰਾ ਪਕੜਾਂਗਾ ਤੁਸਾਂ ਤੋਂ ਤੇ ਜਿੱਥੋਂ ਦੁਆ ਮੰਗਦੇ ਹੋ ਸਵਾ ਅੱਲਾ ਦੇ ਤੇ ਦੁਆ ਮੰਗਾਂਗਾ ਆਪਣੇ ਰੱਬ ਤੋਂ ਉਮੀਦ ਹੈ ਜੋ ਨਾ ਰਹਾਂਗਾ ਆਪਣੇ ਰੱਬ ਤੋਂ ਦੁਆ ਮੰਗ ਕੇ ਬੇਨਸੀਬ ਜੇ ਜਦ ਕਿਨਾਰਾ ਕੀ ਤੋਂ ਸਵਾਨਾ ਤੋਂ ਤੇ ਜਿਸ ਨੂੰ ਪੁੱਜਦੇ ਸਨ ਸਵਾ ਅੱਲਾ ਦੇ ਬਖਸ਼ਿਆ ਅਸਾਂ ਉਹਨੂੰ ਇਸਹਾਕ ਤੇ ਯਾਕੂਬ ਤੇ ਹਾਰਿਕ ਨੂੰ ਬਣਾ ਦਿੱਤਾ ਅਸਾਂ ਪੈਗੰਬਰ ਤੇ ਬਖਸ਼ੀਸ਼ ਦਿੱਤੀ ਅਸਾਂ ਉਹਨਾਂ ਨੂੰ ਆਪਣੀ ਮਿਹਰ ਨਾਲ ਤੇ ਕਰ ਦਿੱਤਾ ਅਸਾਂ ਉਹਨਾਂ ਲਈ ਸੱਚ ਦਾ ਬੋਲ ਬਾਲਾ ਯਾਨੀ ਹਮੇਸ਼ਾ ਵਾਸਤੇ ਉਹਨਾਂ ਦੀ ਨੇਕ ਨਾਮੀ ਕਰ ਦਿੱਤੀ ਐ ਹਬੀਬ ਯਾਦ ਕਰੋ ਕਿਤਾਬ ਵਿੱਚ موسی ਨੂੰ ਜ਼ਰੂਰ ਹੋ ਸੀ ਚੁਣਿਆ ਹੋਇਆ ਤੇ ਹੈ ਸੀ ਰਸੂਲ ਨਬੀ ਤੇ ਆਵਾਜ਼ ਕੀਤੀ ਅਸਾਂ ਉਹਨੂੰ ਦੂਰ ਦੇ ਸੱਜੇ ਪਾਸਿਓਂ ਤੇ ਨੇੜੇ ਢੋਇਆ ਅਸਾਂ ਉਹਨੂੰ ਪੇਤ ਦੱਸਣ ਨੂੰ ਤੇ ਬਖਸ਼ਿਆ ਅਸਾਂ ਉਹਨੂੰ ਆਪਣੀ ਮਿਹਰ ਨਾਲ ਭਰਾ ਉਹਦਾ ਹਾਲੂਨ ਪਰੰਬਰ ਬਣਾ ਕੇ ਤੇ ਯਾਦ ਕਰ ਕਿਤਾਬ ਵਿੱਚ ਇਸਮਾਇਲ ਨੂੰ ਉਹ ਜ਼ਰੂਰ ਵੈਦੇ ਦਾ ਸੱਚਾ ਸੀ ਤੇ ਹੈ ਸੀ ਰਸੂਲ ਨਬੀ ਤੇ ਹੁਕਮ ਕਰਦਾ ਹੁੰਦਾ ਸੀ ਆਪਣੇ ਘਰ ਦੇ ਉਹਨੂੰ ਨਮਾਜ਼ ਤੇ ਜ਼ਕਾਤ ਦਾ ਤੇ ਹੈ ਸੀ ਆਪਣੇ ਰੱਬ ਕੋਲ ਪਸੰਦ ਕੀਤਾ ਹੋਇਆ ਤੇ ਯਾਦਗਾਰ ਕਿਤਾਬ ਵਿੱਚ ਇਦਰੀਸ ਨੂੰ ਜ਼ਰੂਰ ਹੋਸੀ ਬੜਾ ਸੱਚਾ ਪੈਗੰਬਰ ਤੇ ਚੁਕਲੇ ਆ ਸਾਨੂੰ ਉੱਚਾ ਥਾ ਇਹ ਲੋਕ ਨੇ ਜਿਨ੍ਹਾਂ ਨੂੰ ਨੇਮਤ ਦਿੱਤੀ ਅੱਲਾ ਨੇ ਜੋ ਪੈਗੰਬਰ ਨੇ ਆਦਮ ਦੀ ਔਲਾਦ ਵਿੱਚੋਂ ਤੇ ਉਸ ਕਿਸੇ ਦੀ ਜਿਸ ਨੂੰ ਚਾੜ ਲਿਆ ਅਸਾਂ ਨੂੰ ਨਾਲ ਕਿਸ਼ਤੀ ਉਤੇ ਤੇ ਔਲਾਦ ਵਿੱਚੋਂ ਇਬਰਾਹੀਮ ਤੇ ਯਾਕੂਬ ਦੀ ਤੇ ਉਸ ਵਿੱਚੋਂ ਜਿਸ ਨੂੰ ਅਸਾਂ ਰਾਹ ਪਾਇਆ ਤੇ ਚੁਣਿਆ ਜਦ ਬੜੀਆਂ ਜਾਨੋਂ ਨਾ ਗਿਆਏ ਤਾਂ ਖੁਦਾ ਦੀਆਂ ਡਿੱਗ ਪੈੰਦੇ ਨੇ ਸਜਦਾ ਕਰਦੇ ਤੇ ਰੋਂਦੇ ਫਿਰ ਉਹਨਾਂ ਦੀ ਜਗਾ ਆਏ ਪਿੱਛੇ ਉਹਨਾਂ ਦੇ ਕਪੁੱਤਰ ਗਵਾ ਦਿੱਤੀ ਉਹਨੇ ਨਮਾਜ਼ ਤੇ ਮਗਰ ਪਏ ਨਫਸ ਦੇ ਅਸਵਾਦਾਂ ਦੇ ਸੋ ਅੱਗੇ ਪਾਵਣਗੇ ਸਜ਼ਾ ਬਦرائی ਦੀ ਪਰ ਜਿੰ ਤੋਬਾ ਕੀਤੀ ਤੇ ਮੰਨਿਆ ਤੇ ਕੀਤਾ ਨੇਕ ਕੰਮ ਸੋ ਉਹ ਵੜਨਗੇ ਬਿਸ਼ਤ ਵਿੱਚ ਤੇ ਉਹਨਾਂ ਦਾ ਕੁਝ ਹੱਕ ਨਾ ਮਾਰਿਆ ਜਾਏਗਾ ਸਦਾ ਰਹਿਣਗੇ ਬਿਸ਼ਤਾ ਵਿੱਚ ਜਿੰਨਾ ਦਾ ਵਾਦਾ ਕੀਤਾ ਹੈ ਖੁਦਾ ਨੇ ਆਪਣੇ ਬੰਦਿਆਂ ਨਾਲ ਬਿੰਡ ਠੇ ਉਹ ਖੁਦਾ ਜ਼ਰੂਰ ਹੈ ਉਹਦੇ ਵਾਦੇ ਨੇ ਪਹੁੰਚ ਜਾਣਾ ਤਿੰਨਾ ਸੁਣਨਗੇ ਉੱਥੇ ਬਕਵਾਸ ਸਵਾਸ ਲਾਮ ਦੇ ਤੇ ਉਹਨਾਂ ਲਈ ਰੋਜ਼ੀ ਹੈ ਉਹਨਾਂ ਦੀ ਉੱਥੇ ਸਵੇਰੇ ਤੇ ਸ਼ਾਮ ਨੂੰ ਇਹ ਹੈ ਬਹਿਸ਼ ਜਿਹੜਾ ਵਿਰਸਾ ਦੇਾਂਗੇ ਅਸੀਂ ਆਪਣੇ ਬੰਦਿਆਂ ਵਿੱਚ ਉਸ ਨੂੰ ਜਿਹੜਾ ਹੋਵੇਗਾ ਬਚਣ ਵਾਲਾ ਆਖਿਆ ਜਿਬਰੀਲ ਨੇ ਨਹੀਂ ਉਤਰਦੀ ਅਸੀਂ ਪਰ ਤੇਰੇ ਰੱਬ ਦੇ ਹੁਕਮ ਨਾਲ ਉਸ ਜਹਾਏ ਜੋ ਕੁਝ ਸਾਡੇ ਅੱਗੇ ਤੇ ਜੋ ਸਾਡੇ ਪਿੱਛੇ ਤੇ ਜੋ ਵਿਚਕਾਰ ਇਸ ਤੇ ਤੇ ਨਹੀਂ ਹੈ ਰੱਬ ਤੇਰਾ ਭੁੱਲਣ ਵਾਲਾ ਉਹ ਰੱਬ ਅਸਮਾਨਾ ਤੇ ਜ਼ਮੀਨ ਦਾ ਤੇ ਜੋ ਵਿਚਕਾਰ ਹੈ ਦੋਵਾਂ ਦੇ ਸੋ ਪੂਜੋ ਉਸ ਨੂੰ ਤੇ ਛੜਿਆ ਰਹਿ ਉਹਦੇ ਪੂਜਲੇ ਉੱਤੇ ਪਹਿਲਾ ਜਾਣਨਾ ਹੈ ਕੋਈ ਦੂਸਰਾ ਵੀ ਉਹਦੇ ਨਾਮ ਦਾ ਤੇ ਆਖਦਾ ਆ ਆਦਮੀ ਭਲਾ ਜਦ ਮੈਂ ਮਰ ਚੁਕਾਂਗਾ ਤਾਂ ਕਦੇ ਜਾਾਂਗਾ ਜ਼ਿੰਦਾ ਹੋ ਕੇ ਭਲਾ ਤੇ ਯਾਦ ਨਹੀਂ ਕਰਦਾ ਆਦਮੀ ਭਈ ਅਸਾਂ ਪੈਦਾ ਕੀਤਾ ਉਸ ਨੂੰ ਪਹਿਲੇ ਇਹ ਦੋ ਤੇ ਨਹੀਂ ਸੀ ਉਹ ਕੁਝ ਚੀਜ਼ ਸੋ ਕਸਮੇ ਤੇਰੇ ਰੱਬ ਦੀ ਅਸੀਂ ਜ਼ਰੂਰ ਇਕੱਠਾ ਕਰਾਂਗੇ ਉਹਨਾਂ ਨੂੰ ਤੇ ਸ਼ੈਤਾਨਾਂ ਨੂੰ ਫਿਰ ਜ਼ਰੂਰ ਹਾਜ਼ਰ ਕਰਾਂਗੇ ਉਹਨਾਂ ਨੂੰ ਦਵਾਲੇ ਦੋਜ਼ਖ ਦੇ ਗੋਡਿਆਂ ਪਰਨੇ ਡਿੱਗੇ ਹੋਏ ਫਿਰ ਜੁਦਾ ਕਰਾਂਗੇ ਹਰ ਟੋਲੇ ਵਿੱਚੋਂ ਉਸ ਸ਼ਖਸ ਨੂੰ ਜਿਹੜਾ ਉਹਨਾਂ ਦਾ ਬੜੀ ਸਖਤ ਰੱਖਦਾ ਸੀ ਅੱਗੇ ਖੁਦਾ ਦੇ ਆਕਰ ਫਿਰ ਅਸੀਂ ਜ਼ਰੂਰ ਖੂਬ ਜਾਣਨੇ ਆ ਉਹਨਾਂ ਨੂੰ ਜਿਹੜੇ ਬਹੁਤ ਲੈਖ ਨੇ ਦੋਜ਼ਖ ਵਿੱਚ ਪੈਣ ਦੇ ਤੇ ਨਹੀਂ ਤੁਸਾਂ ਵਿੱਚੋਂ ਕੋਈ ਪਰ ਪਹੁੰਚੇਗਾ ਉੱਥੇ ਹੈ ਇਹ ਕੰਮ ਤੇਰੇ ਰਾਬੂ ਤੇ ਜ਼ਰੂਰੀ ਹੁਕਮ ਲੱਗਾ ਹੋਇਆ ਜੇ ਅਸੀਂ ਬਚਾ ਦੇਾਂਗੇ ਪ੍ਰੇਸ਼ਗਾਰਾਂ ਨੂੰ ਤੇ ਛੱਡ ਦੇਾਂਗੇ ਜ਼ਾਲਮਾਂ ਨੂੰ ਉਸ ਵਿੱਚ ਗੋਡੇ ਆ ਪਰਨੇ ਡਿੱਗੇ ਹੋਏ ਜਦ ਪੜੀਆਂ ਜਾਣੋਂ ਨਾ ਗਿਆ ਤਾਂ ਸਾਡੀਆਂ ਸਾਫ਼-ਸਾਫ਼ ਆਖਦੇ ਨੇ ਬੇਈਮਾਨ ਨਈਮਾਨਦਾਰਾਂ ਨੂੰ ਕਿਸ ਦਾ ਸਾਡੇ ਦੋਵੇਂ ਟੋਲਿਆਂ ਵਿੱਚੋਂ ਚੰਗਾ ਏ ਮਕਾਨ ਤੇ ਸੋਹਣੀ ਏ ਪਰ ਤੇ ਕਿਤਨੀ ਬਰਬਾਦ ਕਰ ਚੁਕੇ ਆਂ ਅਸੀਂ ਪਹਿਲੇ ਇਹਨਾਂ ਦੇ ਸੰਗ ਤਾਂ ਉਸਨ ਬਦੇਰੇ ਸੋਹਣੀ ਅਸਬਾਬ ਤੇ ਨਮੂਦ ਵਾਲੇ ਤੂੰ ਆਖ ਜਿਹੜਾ ਹੈ ਗਮਰਾਈ ਵਿੱਚ ਸੁਮੁੱਲ ਦੇਗਾ ਉਸਨੂੰ ਰਹਿਮਾਨ ਖੁੱਲਾ ਛੱਡ ਕੇ ਇਥੋਂ ਤੀਕ ਜੋ ਜਦ ਵੇਖਣਗੇ ਜੋ ਵਾਦਾ ਮਿਲਦਾ ਨੇ ਭਾਵੇਂ ਅਜ਼ਾਬ ਹੋਵੇ ਜਾਂ ਕਿਆਮਤ ਦੀ ਘੜੀ ਤਦ ਜਾਣਣਗੇ ਕਿਸ ਦਾ ਬੁਰਾ ਮਕਾਨ ਤੇ ਬਦੇਰਾ ਕਮਜ਼ੋਰ ਹੈ ਜਥਾ ਤੇ ਬਧੇਰੀ ਦੇ ਗੱਲਾਂ ਹਦਾਇਤ ਵਾਲਿਆਂ ਨੂੰ ਹਦਾਇਤ ਤੇ ਬਾਕੀ ਰਹਿਣ ਵਾਲੀਆਂ ਨੇਕੀਆਂ ਚੰਗੀਆਂ ਨੇ ਤੇਰੇ ਰੱਬ ਕੋਲ ਸਵਾਬ ਵਿੱਚ ਤੇ ਚੰਗੀਆਂ ਨੇ ਮੁੜ ਕੇ ਜਾਣ ਦਾ ਥਾਂ ਭਲਾ ਫਿਰ ਵੇਖਿਆ ਜਿਹੜਾ ਫਿਰ ਗਿਆ ਸਾਡੀਆਂ ਆਇਤਾਂ ਤੋਂ ਤੇ ਆਖਿਆ ਸੂ ਮੈਨੂੰ ਜ਼ਰੂਰ ਮਿਲੇਗਾ ਮਾਲ ਤੇ ਔਲਾਦ ਭਲਾ ਚਾਤ ਪਾਇ ਗੈਬ ਨੂੰ ਯਾ ਅੱਲਾਹ ਕੋਲੋਂ ਕੋਈ ਇਕਰਾਰ ਲੈ ਲਿਆ ਸੂ ਹਰ ਗੀ ਜਿੰਝ ਨਹੀਂ ਅਸੀਂ ਲਿਖ ਰੱਖਾਗੇ ਜੋ ਆਖਦਾ ਤੇ ਵਧੇਰਾ ਦੇਾਂਗੇ ਉਹਨੂੰ ਅਜ਼ਾਬ ਲੰਮਾ ਕਰਕੇ ਵਰਸਾ ਲੈ ਲਾਂਗੇ ਉਹਦੀ ਜੋ ਆਖਦਾ ਹੈ ਕਿ ਆਵੇਗਾ ਸਾਡੇ ਕੋਲ ਕਲਮ ਕੱਲਾ ਤੇ ਪਗੜੇ ਨੇ ਲੋਕਾਂ ਨੇ ਸਵਾ ਅੱਲਾ ਦੇ ਮਾਬੂਦ ਤਾਂ ਹੁਣ ਇਹਨਾਂ ਦੀ ਇੱਜ਼ਤ ਵਧਾਣ ਵਾਲੇ ਇੰਜ ਨਹੀਂ ਉਹ ਇਨਕਾਰ ਕਰਨਗੇ ਇਹਨਾਂ ਦੀ ਪੂਜਾ ਦਾ ਤੇ ਹੋ ਪੈਣਗੇ ਇਹਨਾਂ ਦੇ ਉਲਟੇ ਮੁਖਾਲਿਫ ਭਲਾ ਤੂੰ ਨਹੀਂ ਡਿੱਠਾ ਪਈ ਅਸਾਂ ਭੇਜੇ ਨੇ ਸ਼ੈਤਾਨ ਬੇਈਮਾਨਾ ਉੱਤੇ ਚੁੱਕ ਦਿੰਦੇ ਨੇ ਉਹਨਾਂ ਨੂੰ ਹੱਕ ਦੀ ਮੁਖਾਲਫਤ ਤੇ ਸੋ ਸ਼ਿਤਾਬੀ ਨਾ ਕਰੋ ਨਾ ਉਤੇ ਨਿਹਰਾ ਗਿਣਨੇ ਹਾਂ ਸੀ ਉਹਨਾਂ ਲਈ ਦਿਨ ਗਿਣ ਗਿਣ ਕੇ ਜਿਸ ਦਿਨ ਅਸੀਂ ਇਕੱਠਾ ਕਰ ਲਿਆਵਾਂਗੇ ਪ੍ਰੇਸ਼ਗਾਰਾਂ ਨੂੰ ਰਹਿਮਾਨ ਵੱਲ ਪਰੌਣੇ ਬਣਾ ਕੇ ਤੇ ਹਿੱਕਾਂਗੇ ਪਾਪੀਆਂ ਨੂੰ ਦੋਜ਼ਖ ਵੱਲ ਪਿਆਸੇ ਕੋਈ ਇਖਤਿਆਰ ਨਹੀਂ ਰੱਖਦਾ ਸ਼ਫਾਤ ਦਾ ਪਰ ਜਿੰਨ ਲਿਆ ਰਹਿਮਾਨ ਕੋਲੋਂ ਹੀ ਇਕਰਾਰ ਅੱਖਿਓ ਨੇ ਪਕੜੀਏ ਖੁਦਾ ਨੇ ਔਲਾਦ ਜ਼ਰੂਰ ਕੱਢ ਲਿਆਂਦੀ ਇਹ ਬੁਰੀ ਬੇਹੂਦਾ ਗੱਲ ਨੇੜੇ ਆ ਗਏ ਨੇ ਆਸਮਾਨ ਜੋ ਲੀਰਾਂ ਲੀਰਾਂ ਹੋ ਜਾਣ ਇਸ ਗੱਲੋਂ ਤੇ ਟੁਕੜੇ ਹੋ ਜਾਏ ਜ਼ਮੀਨ ਤੇ ਡਿਗ ਪੈਣ ਪਹਾੜ ਟਹਿ ਕੇ ਇਸ ਵਾਸਤੇ ਜੋ ਨਾਮ ਰੱਖਦੇ ਨੇ ਕਿਸੇ ਦਾ ਰਹਿਮਾਨ ਦੀ ਔਲਾਦ ਤੇ ਨਹੀਂ ਸਜਦਾ ਰਹਿਮਾਨ ਨੂੰ ਜੇ ਪਕੜੇ ਔਲਾਦ ਕੋਈ ਨਹੀਂ ਉਹਨਾਂ ਵਿੱਚੋਂ ਜੋ ਆਸਮਾਨਾਂ ਤੇ ਜ਼ਮੀਨ ਵਿੱਚ ਹੈ ਪਰ ਆਵੇਗਾ ਰਹਿਮਾਨ ਕੋਲ ਬੰਦਾ ਬਣ ਕੇ ਜ਼ਰੂਰ ਕੇ ਲਿਆਸੂ ਉਹਨਾਂ ਨੂੰ ਜਿੰਨੇ ਰੱਖੀ ਸੋ ਉਹਨਾਂ ਦੀ ਗਿੰਤਰੀ ਤੇ ਹਾਰੀ ਕੋਨੋਂ ਵਿੱਚੋਂ ਆਵੇਗਾ ਉਸ ਕੋਲ ਦਿਨ ਕਿਆਮਤ ਦੇ ਕੱਲਾ ਜਿੰਨਾ ਮੰਨੀਆਂ ਤੇ ਕੀਟੀਆਂ ਪਲਾਈਆਂ ਜ਼ਰੂਰ ਪੈਦਾ ਕਰੇਗਾ ਉਹਨਾਂ ਦੇ ਦਿਲਾਂ ਵਿੱਚ ਰਹਿਮਾਨ ਮੁਹੱਬਤ ਸੋ ਸੁਖੱਲਾ ਬਣਾਇਆ ਅਸਾਂ ਇਹ ਕੁਰਾਨ ਤੇਰੀ ਬੋਲੀ ਵਿੱਚ ਮੇਰਾ ਇਸ ਵਾਸਤੇ ਜੋ ਖੁਸ਼ਖਬਰੀ ਦੇ ਤੂੰ ਇਸ ਨਾਲ ਪਰੇਜ਼ਗਾਰਾਂ ਨੂੰ ਤੇ ਡਰਾਣੇ ਇਸ ਨਾਲ ਝਗੜਾ ਦੂ ਲੋਕਾਂ ਨੂੰ ਤੇ ਕਿਤਨੀਆਂ ਬਰਬਾਦ ਕਰ ਚੁਕੇ ਹਾਂ ਅਸੀਂ ਪਹਿਲੇ ਇਹਨਾਂ ਦੇ ਸੰਗਤਾਂ ਪਹਿਲਾ ਨਿਸ਼ਾਨ ਵੀ ਆਉਂਦਾ ਹੈ ਨਜ਼ਰ ਉਹਨਾਂ ਵਿੱਚੋਂ ਕਿਸੇ ਦਾ ਯਾ ਸੁਣਨਾ ਹੈ ਉਹਨਾਂ ਦੀ ਪਿੰਕ